लॉरेंस बिश्नोई दे शूटर दे घर चलिया प्रशासन दा पीला पंजा। आ वेखो किवें प्रशासन ने की वड्डी कारवाई। दस्सदे कि लॉरेंस बिश्नोई दे शूटर दे घर प्रशासन का पीला पंजा चलिया, जिथों मौके दीआं ए तस्वीरां सामने आईआं ने, जिथे जेसीबी की मदद के नाल प्रशासन के वलों मकान नूं ढा दिता जांदा है। ਤਾਂ ਲਾਰੈਂਸ ਬਿਸ਼ਨੋਈ ਦਾ ਸ਼ੂਟਰ ਸੀ ਜਿਸਦਾ ਨਾਮ ਅਕਸ਼ੇ ਸੀ ਅਤੇ ਇਸਦਾ ਘਰ ਪ੍ਰਸ਼ਾਸਨ ਦੇ ਵੱਲੋਂ ਬੁਲਡੋਜ਼ਰ ਦੇ ਨਾਲ ਸੁੱਟ ਦਿੱਤਾ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਹਰਿਆਣੇ ਦਾ ਟੌਪ ਗੈਂਗਸਟਰ ਅਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਹੈ। ਤਾਂ ਮਕਾਨ ਦੱਸ ਦਈਏ ਕਿ ਇਹ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਬਣਿਆ ਹੋਇਆ ਸੀ, ਜਿਸ ਨੂੰ ਕਿ ਗੈਰ ਕਾਨੂੰਨੀ ਕਰਾਰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਸਦੇ ਘਰ ਦੇ ਉੱਤੇ ਜੇਸੀਬੀ ਦੀ ਮਸ਼ੀਨ ਚਲਾ ਦਿੱਤੀ ਜਾਂਦੀ ਹੈ ਅਤੇ ਸਾਰਾ ਘਰ ਢਾ ਦਿੱਤਾ ਜਾਂਦਾ ਹੈ। ਤਾਂ ਸੋਨੀਪਤ ਦਾ ਰਹਿਣ ਵਾਲਾ ਸੀ ਇਹ ਸ਼ੂਟਰ, ਜਿੱਥੇ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ, ਕਿਉਂਕਿ ਜਿਸ ਜਗ੍ਹਾ 'ਤੇ ਮਕਾਨ ਬਣਿਆ ਸੀ ਉਹ ਪੰਚਾਇਤੀ ਜ਼ਮੀਨ ਸੀ। ਤਾਂ ਪੰਚਾਇਤ ਦੇ ਵੱਲੋਂ ਫੈਸਲਾ ਕਰਕੇ ਇਹ ਘਰ ਗੈਰ ਕਾਨੂੰਨੀ ਕਰਾਰ ਕਰ ਦਿੱਤਾ ਗਿਆ ਸੀ। ਤਾਂ ਮੌਕੇ 'ਤੇ ਪੁਲਿਸ ਵੀ ਪਹੁੰਚਦੀ ਹੈ, ਜਿਨ੍ਹਾਂ ਦੀ ਦੇਖ ਰੇਖ ਦੇ ਅੰਦਰ ਇਸ ਮਕਾਨ ਨੂੰ ਢਾਇਆ ਜਾਂਦਾ ਹੈ। ਪਲੜਾ ਗਾਓ ਮੇ ਅਕਸ਼ੈ ਪਲੜਾ ਕਾ ਮਕਾਨ ਥਾ ਜੋ ਹਮਾਰਾ ਬੀਸੀ ਹੈ और वो पंचायती ज़मीन में बना हुआ था, अवैध था, उसका ड्यूटी मजिस्ट्रेट नियुक्त करवा के और उसको गिराया गया है। कितने मुकदमे दर्ज होंगे सर अक्षय पलड़ा पर, कहाँ? एक्चुअल फिगर तो नहीं पता लेकिन 15 से ज़्यादा मुकदमे। अब कहाँ सर? अभी तिहाड़ जेल में। मकान को ध्वस्त कर दिया है? हाँ, मकान पंचायती ज़मीन में बना हुआ, पंचायती ज़मीन बना हुआ। लॉरेंस बिश्नोई के शूटर के घर चलिया प्रशासन का पीला पंजा। आ वेखो किवें प्रशासन ने की वड्डी कार्रवाई। ਤਾਂ ਦੱਸ ਦੇ ਕਿ ਲਾਰੈਂਸ ਬਿਸ਼ਨੋਈ ਦੇ ਸ਼ੂਟਰ ਦੇ ਘਰ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ, ਜਿੱਥੋਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਜੇਸੀਬੀ ਦੀ ਮਦਦ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਮਕਾਨ ਨੂੰ ਢਾ ਦਿੱਤਾ ਜਾਂਦਾ ਹੈ। ਤਾਂ ਲਾਰੈਂਸ ਬਿਸ਼ਨੋਈ ਦਾ ਸ਼ੂਟਰ ਸੀ ਜਿਸਦਾ ਨਾਮ ਅਕਸ਼ੇ ਸੀ ਅਤੇ ਇਸਦਾ ਘਰ ਪ੍ਰਸ਼ਾਸਨ ਦੇ ਵੱਲੋਂ ਬੁਲਡੋਜ਼ਰ ਦੇ ਨਾਲ ਸੁੱਟ ਦਿੱਤਾ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਹਰਿਆਣੇ ਦਾ ਟੌਪ ਗੈਂਗਸਟਰ ਅਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਹੈ। ਤਾਂ ਮਕਾਨ ਦੱਸ ਦਈਏ ਕਿ ਇਹ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਬਣਿਆ ਹੋਇਆ ਸੀ, ਜਿਸ ਨੂੰ ਕਿ ਗੈਰ ਕਾਨੂੰਨੀ ਕਰਾਰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਸਦੇ ਘਰ ਦੇ ਉੱਤੇ ਜੇਸੀਬੀ ਦੀ ਮਸ਼ੀਨ ਚਲਾ ਦਿੱਤੀ ਜਾਂਦੀ ਹੈ ਅਤੇ ਸਾਰਾ ਘਰ ਢਾ ਦਿੱਤਾ ਜਾਂਦਾ ਹੈ। ਤਾਂ ਸੋਨੀਪਤ ਦਾ ਰਹਿਣ ਵਾਲਾ ਸੀ ਇਹ ਸ਼ੂਟਰ, ਜਿੱਥੇ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ, ਕਿਉਂਕਿ ਜਿਸ ਜਗ੍ਹਾ 'ਤੇ ਮਕਾਨ ਬਣਿਆ ਸੀ ਉਹ ਪੰਚਾਇਤੀ ਜ਼ਮੀਨ ਸੀ। ਤਾਂ ਪੰਚਾਇਤ ਦੇ ਵੱਲੋਂ ਫੈਸਲਾ ਕਰਕੇ ਇਹ ਘਰ ਗੈਰ ਕਾਨੂੰਨੀ ਕਰਾਰ ਕਰ ਦਿੱਤਾ ਗਿਆ ਸੀ। ਤਾਂ ਮੌਕੇ 'ਤੇ ਪੁਲਿਸ ਵੀ ਪਹੁੰਚਦੀ ਹੈ, ਜਿਨ੍ਹਾਂ ਦੀ ਦੇਖ ਰੇਖ ਦੇ ਅੰਦਰ ਇਸ ਮਕਾਨ ਨੂੰ ਢਾਇਆ ਜਾਂਦਾ ਹੈ। ਪਲੜਾ ਗਾਓ ਮੇ ਅਕਸ਼ੈ ਪਲੜਾ ਕਾ ਮਕਾਨ ਥਾ ਜੋ ਹਮਾਰਾ ਬੀਸੀ ਹੈ और वो पंचायती ज़मीन में बना हुआ था, अवैध था, उसका ड्यूटी मजिस्ट्रेट नियुक्त करवा के और उसको गिराया गया है। कितने मुकदमे दर्ज होंगे सर अक्षय पलड़ा पर, कहाँ? एक्चुअल फिगर तो नहीं पता लेकिन 15 से ज़्यादा मुकदमे। अब कहाँ सर? अभी तिहाड़ जेल में। मकान को ध्वस्त कर दिया है? हाँ, मकान पंचायती ज़मीन में बना हुआ, पंचायती ज़मीन बना हुआ।